ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਰਨਲਿਸ ਕਤਰ ਹਰਜਿੰਦਰ ਸਿੰਘ ਲਖੋਵਾਲ ਸਮੇ ਸਮੇਤੇ ਜਥੇਬੰਦੀ ਦੀ ਆਵਾਜ਼ ਬੁਲੰਦ ਕਰਦੇ ਆਏ ਹਨ ਹਰਿੰਦਰ ਸਿੰਘ ਲਖੋਵਾਲ ਦਾ ਜਨਮ 1918 ਚ ਲੁਧਿਆਣਾ ਦੇ ਵਿੱਚ ਹੋਇਆ ਹਰਿੰਦਰ ਸਿੰਘ ਲਖੋਵਾਲ 2012 ਤੋਂ ਜਥੇਬੰਦੀ ਦੀ ਅਗਵਾਈ ਕਰ ਰਹੇ ਹਨ ਇਸ ਸਮੇਂ ਜਥੇਬੰਦੀ ਦੇ ਨਾਲ 30000 ਤੋਂ ਵੀ ਵੱਧ ਪਰਿਵਾਰ ਜੁੜੇ ਹੋਏ ਹਨ ਜਥੇਬੰਦੀ ਕਦੋਂ ਹੋਦ ਵਿੱਚ ਆਉਂਦੀ ਹੈ ਤੇ ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ ਜਥੇਬੰਦੀ ਬਣਾਉਣੀ ਪਈ ਹੈ 1970 ਦੇ ਵਿੱਚ ਜਿਹੜੀ ਭਾਰਤ ਇਹ ਪੰਜਾਬ ਖੇਤੀਬਾੜੀ ਜ਼ਿਮੀਂਦਾਰ ਜੂਨੀਅਨ ਬਣੀ ਉਦੋਂ ਚਾਰੇ ਦੀ ਬੜੀ ਪ੍ਰੋਬਲਮ ਸੀ ਲੁਧਿਆਣੇ ਤੋਂ ਹੀ ਇਹ ਜਿਹੜੀ ਸ਼ੁਰੂ ਹੋਈ ਇੱਕ ਪਿੰਡ ਤੋਂ ਸ਼ੁਰੂ ਕੀਤੀ ਉਹ ਮੋਡੀਆਂ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਖਵਾਸ ਭਾਮੀਆਂ ਸਾਹਿਬ ਤੇ ਕਾਦੀਆਂ ਸਾਹਿਬ ਇਹਨਾਂ ਦੇ ਵਿੱਚ ਸੀਗੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਜੂਨੀਅਨਾਂ ਸ਼ਿੰਗਾਰਸ਼ ਲਗਾ ਲੀ ਗਈ ਪਿੰਡ ਚ ਗਈ ਸ਼ਹਿਰਾਂ ਤੋਂ ਆ ਕੇ ਫਿਰ ਪੰਜਾਬ ਤੱਕ ਇਹ ਜਥੇਬੰਦੀ ਗਈ ਫਿਰ 1974 ਦੇ ਵਿੱਚ ਵੀ ਜੋਂ ਤੋੜੂ ਮੋਰਚਾ ਵੀ ਲਾਇਆ ਗਿਆ ਉਦੋਂ ਜਿਹੜੀ ਕਣਕ ਸੀ ਜਾਂ ਕੋਈ ਅਨਾਜ ਸੀ ਸਾਨੂੰ ਦੂਜੇ ਸੂਬੇ ਵਿੱਚ 5 ਕਿਲੋ ਤੋਂ ਵੱਧ ਨਹੀਂ ਸੀ ਲਿਜਾਣ ਹੁੰਦੇ 6 ਕਿਲੋ ਅਨਾਜ ਲੈ ਕੇ ਜਾਂਦੇ ਸੀ ਕਿਸਾਨ ਤਾਂ ਉਹਨਾਂ ਨੂੰ 40 ਦਿਨ ਦੀ ਸਜ਼ਾ ਹੁੰਦੀ ਸੀ ਤੇ ਉਦੋਂ ਫਿਰ ਹਰ ਰੋਜ਼ ਪੰਜ ਕਿਸਾਨਾਂ ਦੀ ਖਾਲਸਾਬ ਗ੍ਰਿਫਤਾਰੀ ਕਰਾਉਂਦੇ ਸੀ ਇਹ ਸਾਲ ਤੱਕ ਮੋਰਚਾ ਇਸ ਤਰ੍ਹਾਂ ਚੱਲੀ ਗਿਆ ਆਖਰ 'ਚ ਫਿਰ ਇਹਨਾਂ ਨੇ ਵੀ ਵੱਡੇ ਜੱਥੇ ਦੇ ਨਾਲ ਗ੍ਰਿਫਤਾਰੀ ਦਿੱਤੀ ਤੇ ਇਹਨਾਂ ਨੇ ਵੀ ਉਦੋਂ ਜੇਲ੍ਹ ਕੱਟੀ ਫਿਰ ਐਮਰਜੈਂਸੀ ਦੇ ਖਿਲਾਫ ਵੀ ਇਨਾਂ ਨੇ ਕਾਫੀ ਜੇਲ੍ਹ ਕੱਟੀ ਤੇ ਉਸ ਤੋਂ ਬਾਅਦ ਲਗਾਤਾਰ 1984 ਦੇ ਵਿੱਚ ਜੀ ਵੀ ਗਵਰਨਰ ਦਾ ਘਰਾਓ ਕੀਤਾ ਬੜਾ ਵੱਡਾ ਤੇ ਸਾਰੇ ਉਦੋਂ ਲੀਡਰ ਵੀ ਇਕੱਠੇ ਸੀ ਰਾਜੇਵਾਲ ਸਾਹਿਬ ਵੀ ਨਾਲ ਸੀਗੇ ਤੇ ਅਗਰਾਹਾਂ ਸਾਹਿਬ ਵੀ ਨਾਲ ਸੀਗੇ ਰੋਲਦੂ ਸਿੰਘ ਮਾਨਸਾ ਸਾਰੇ ਇਸ ਯੂਨੀਅਨ ਦੇ ਵਿੱਚ ਹੀ ਸੀਗੇ ਉਸ ਤੋਂ ਬਾਅਦ 92 ਦੇ ਵਿੱਚ ਵੀ ਜਿਹੜਾ ਗਵਰਨਰ ਦਾ 7 ਦਿਨ ਦਾ ਘਰਾਉ ਕੀਤਾ ਗਿਆ ਉਦੋਂ ਜਿਹੜੀਆਂ ਚੁੰਗੀਆਂ ਸੀਗੀਆਂ ਚੁੰਗੀ ਲੱਗਦੀ ਸੀ ਕੋਈ ਦੁੱਧ ਲੈ ਕੇ ਜਾਂਦਾ ਸੀ ਕੋਈ ਚਾਰਾ ਲੈ ਕੇ ਜਾਂਦਾ ਸੀ ਸ਼ਹਿਰ ਦੇ ਵਿੱਚ ਉਹ ਚੁੰਗੀਆਂ ਵੀ ਮਾਫ ਕਰਵਾਈਆਂ ਤੇ ਕਾਫੀ ਮੰਗਾ ਜਿਹੜੀਆਂ ਕਿਸਾਨਾਂ ਨਾਲ ਕਰਾਈਆਂ ਜਾਂ ਹਲਕ ਕਰਵਾਈਆਂ ਉਸ ਤੋਂ ਬਾਅਦ ਬਿਜਲੀ ਲਈ ਮੋਰਚਾ ਲਾਇਆ ਜਿਹੜੀਆਂ ਮੋਟਰਾਂ ਦੀ ਬਿਜਲੀ ਮਾਫ ਆ ਉਦੋਂ ਮੋਰਚੇ ਦੇ ਵਿੱਚ ਵੀ ਫਿਰ ਅਸੀਂ ਸਾਲ ਦੋ ਸਾਲ ਬਿੱਲ ਨਹੀਂ ਦਿੱਤੇ ਹਜ਼ਾਰਾਂ ਕਿਸਾਨਾਂ ਨੇ ਉਸ ਤੋਂ ਬਾਅਦ ਗਵਰਨਰ ਰੀ ਰਾਜ ਵੀ ਆਇਆ ਸਾਡੀਆਂ ਮੋਟਰਾਂ ਵੀ ਪੱਟੀਆਂ ਗਈਆਂ ਤੇ ਉਹ ਮੋਟਰਾਂ ਦੇ ਵੀ ਅਸੀਂ ਬਿੱਲ ਜਿਹੜੇ ਆ ਫਿਰ ਮਾਫ ਕਰਵਾਏ ਜਾਨਕੀ ਲੱਗਦਾ ਸੰਘਰਸ਼ ਇਸ ਜਥੇ ਬੰਦੇ ਦੇ ਰਹੀਂ ਹੁੰਦਾ ਰਿਹਾ ਅਤੇ ਖਾਸ ਤੌਰ ਤੇ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਸੰਘਰਸ਼ ਦੇ ਰਹੀਂ ਕਾਮਯਾਬੀਆਂ ਮਿਲਦੀਆਂ ਹੁੰਦੀਆਂ ਤੇ ਹੁਣ ਤੱਕ ਦੀਆਂ ਕਾਮਯਾਬੀਆਂ ਤੁਸੀਂ ਗਿਣਾ ਰਹੇ ਹੋ ਹਾਂ ਹਰੇਕ ਸ਼ਿੰਗਾਰ ਸ਼ਸੀ ਕਰਦੇ ਸੀ ਤੇ ਤਕਰੀਬਨ ਕੁਛ ਨਾ ਕੁਛ ਕਿਸਾਨਾਂ ਲਈ ਲੈ ਕੇ ਜਾਂਦੇ ਸੀ ਤਾਂ ਹੀ ਅੱਜ ਪੰਜਾਬ ਦੇ ਵਿੱਚ ਬਿਜਲੀ ਮਾਫ ਆ ਹੋਰ ਕਿਤੇ ਟਿਊਬਲਾਂ ਦੀ ਜਿਹੜੀ ਬਿਜਲੀ ਮਾਫ ਨਹੀਂ ਪੰਜਾਬ ਵਿੱਚ ਹੀ ਐਮਐਸਪੀ ਦੋ ਟਾਈ ਜਿਹੜੀਆਂ ਫਸਲਾਂ ਤੇ ਮਿਲਦੀ ਆ ਪੰਜਾਬ ਹੀ ਖਸ਼ਾਲ ਆ ਕਿਉਂਕਿ ਭਾਰਤੀ ਕਿਸਾਨ ਜੀ ਉਹਨੇ ਲੰਮੇ ਸਮੇਂ ਤੋਂ ਇੱਥੋਂ ਹੀ ਬਣੀ ਆ ਤੇ ਇੱਥੇ ਹੀ ਇਹ ਸੰਘਰਸ਼ ਕਰਦੀ ਆ ਸਾਰੇ ਲੀਡਰ ਵੀ ਇੱਥੋਂ ਹੀ ਪੈਦਾ ਕੀਤੇ ਗਏ ਨੇ ਤੇ ਅਸੀਂ ਤਾਂ ਕਹਿੰਦੇ ਵੀ ਇੱਕ ਸਾਡੀ ਜਿਹੜੀ ਜਥੇਬੰਦੀ ਆ ਸਾਡੇ ਕੋਲ ਦਫ਼ਤਰ ਵੀ 50 ਸਾਲ ਪੁਰਾਣਾ 1973 ਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਲੁਧਿਆਣੇ ਅੱਜ ਵੀ ਉਹ ਦਫ਼ਤਰ ਸਾਡੇ ਕੋਲ ਮੌਜੂਦ ਆ ਉੱਥੇ ਹਰੇਕ 10 ਤਰੀਕ ਨੂੰ ਅਸੀਂ ਮੀਟਿੰਗ ਵੀ ਕਰਦੇ ਆ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਜਿਹੜੀ ਲੁਧਿਆਣੇ ਹੁਣ ਵੀ ਹੋਈ ਆ ਤੇ ਆਮ ਮੀਟਿੰਗਾਂ ਵੀ ਉੱਥੇ ਜਿਹੜੀਆਂ ਹੁੰਦੀ ਤੇ ਲਖਵਾਲ ਸਾਹਿਬ ਨੇ ਲੰਮਾ ਸੰਘਰਸ਼ ਕੀਤਾ ਉਹਨਾਂ ਤੇ ਟਾਡਾ ਵੀ ਲੱਗਿਆ ਉਹਨਾਂ ਨੇ ਸੁੱਖੇ ਜਿੰਦੇ ਦੇ ਦਾ ਭੋਗ ਵੀ ਪਾਇਆ ਉਥੇ ਘਰੇ ਗਏ ਤਾਂ ਉਹਨਾਂ ਨੇ ਕਿਹਾ ਕੋਈ ਭੋਗ ਪਾਉਣ ਨੂੰ ਤਿਆਰ ਨਹੀਂ ਸੀ ਉਹ ਦਿਨਾਂ ਦੇ ਵਿੱਚ ਤੇ ਇਹਨਾਂ ਨੇ ਭੋਗ ਪਾਇਆ ਤਾਂ ਭੋਗ ਵੀ ਅਸੀਂ ਆ ਪਾਇਆ ਤਾਂ ਮੈਂ ਵੀ ਉਦੋਂ ਮੈਨੂੰ ਵੀ ਪੁਲਿਸ ਚੱਕ ਕੇ ਲੈ ਕੇ ਗਈ ਤਾਂ ਲਖਵਾਲ ਸਾਹਿਬ ਤੇ ਟਾਡਾ ਲੱਗੀ ਇਹਨਾਂ ਨੇ ਜ਼ਿੰਦਗੀ ਦੇ 10 ਸਾਲ ਜੇਲ੍ਹ ਚ ਵੀ ਜਿਹੜੇ ਕਿਸਾਨੀ ਲਈ ਹੀ ਗੁਜ਼ਾਰੇ ਨੇ ਹਿਊਮਨਸ ਰਾਈਟਸ ਲਈ ਵੀ ਇਹਨਾਂ ਨੇ ਕੰਮ ਕੀਤਾ ਫਿਰ ਇਹਨਾਂ ਨੇ ਆ ਤਕੈਹ ਸਾਹਿਬ ਨੂੰ ਵੀ ਲੱਭਿਆ ਤਕੈਹ ਸਾਹਿਬ ਨੂੰ ਵੀ 82 84 ਦੇ ਵਿੱਚ ਲਿਆ ਕੇ ਵੱਡੇ ਤਕੈਹ ਸਾਹਿਬ ਸੀ ਉਹਨਾਂ ਨੂੰ ਵੀ ਯੂਨੀਅਨ ਚ ਲੈ ਕੇ ਆਏ ਉਹਨਾਂ ਨੂੰ ਮਨਾਇਆ ਉਹ ਖਾਬਾਂ ਦੇ ਪ੍ਰਧਾਨ ਹੁੰਦੇ ਸੀ ਤੇ ਉਹਦੇ ਲਈ ਯੂਨੀਅਨ ਸਾਰੇ ਇਹਨਾਂ ਨੇ ਦੇਸ਼ ਦੇ ਵਿੱਚ ਕਾਇਮ ਕਰਤੀ ਉਸ ਤੋਂ ਬਾਅਦ ਜਿਹੜੇ ਬਾਹਲੀਆਂ ਕੰਟਰੀਆਂ ਦੇ ਵਿੱਚ ਵੀ ਇਹ ਜਾ ਕੇ ਇਹਨਾਂ ਨੇ ਜਿਹੜੀ ਆ ਕਿਸਾਨ ਜਥੇਬੰਦੀ ਬਣਾਈ ਲਗਾਤਾਰ ਕਹਿ ਸਕਦੇ ਹਾਂ ਕਿ ਜਥੇਬੰਦੀ ਵੱਲੋਂ ਗਾਂ ਵੀ ਕਿਸਾਨਾਂ ਦਾ ਇੱਕ ਸੰਗਠਨ ਬਣਾਉਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ। ਤੁਹਾਡੇ ਤੇ ਗੱਲ ਕਰਦੇ ਆ ਤੁਸੀਂ ਫਿਲਹਾਲ ਦੀ ਘੜੀ ਦੇ ਵਿੱਚ ਜਰਨਲਿਸਟ ਕੋਲੋਂ ਇਸ ਜਥੇਬੰਦੀ ਦੇ ਯੂਨੀਅਨ ਦੇ ਪਰ ਅਗਵਾਈ ਤੁਸੀਂ ਵੀ ਇਸ ਸਮੇਂ ਜਿਹੜੀ ਕਿ ਜਥੇਬੰਦੀ ਦੀ ਕਰ ਰਹੇ ਹੋ ਇੱਕ ਜਨ ਸੰਕਤਰ ਦੇ ਤੌਰ ਤੇ ਇਹ ਸ਼ੁਰੂਆਤੀ ਜੀਵਨ ਦੀ ਗੱਲ ਕਰਾਂਗੇ ਕਿਉਂਕਿ ਸਕੂਲ ਕਾਲਜ ਦੇ ਟਾਈਮ ਤੇ ਬੰਦਾ ठान ਲੈਂਦਾ ਕਿ ਅੱਗੇ ਜਾ ਕੇ ਅਗਵਾਈ ਕਰਨੀ ਹੈ ਕਿ ਤੁਸੀਂ ਵੀ ਜੇ ठानਿਆ ਸੀਗਾ ਕਿ ਅੱਗੇ ਜਾ ਕੇ ਜਥੇ ਦੀ ਜਾਂ ਕਿਸਾਨਾਂ ਦੀ ਮੰਗਾਂ ਦੀ ਆਵਾਜ਼ ਬੁਲੰਦ ਕਰਦੀ ਨਹੀਂ ਮੈਂ ਨਹੀਂ ਸੀ ਇਹ ਜਟਾਣੇ ਹੋਇਆ ਮੈਂ ਤਾਂ ਇੰਜੀਨੀਅਰਿੰਗ ਕੀਤੀ ਮੈਂ ਜੋਬ ਵੀ ਕੀਤੀ ਆ ਤੇ ਮੈਂ ਫਿਰ ਬਿਜ਼ਨਸ ਵੱਲ ਨੂੰ ਸੀਗਾ ਮੇਰਾ ਰੁਚੀ ਵੀ ਮੈਂ ਬਿਜ਼ਨਸ ਕਰੂੰਗਾ ਮੈਂ ਬਿਜ਼ਨਸ ਵੀ ਥੋੜਾ ਬਹੁਤਾ ਚਲਾਇਆ ਵੀ ਚਲੋ ਖਾਲਸਾ ਸਾਹਿਬ ਹੈਗੇ ਇੱਕ ਬੰਦੇ ਨੇ ਕਰਨਾ ਹੁੰਦਾ ਤੇ ਮੈਂ ਖੇਤੀਬਾੜੀ ਮੈਂ 16 ਸਾਲ ਦੀ ਉਮਰ ਤੋਂ ਹੀ ਖੇਤੀਬਾੜੀ ਏ 16 ਸਾਲ ਤੋਂ ਇਹ ਤਾਂ ਘਰੇ ਵੱਢਦੇ ਨਹੀਂ ਸੀ ਕਦੇ ਜੇਲ੍ਹ ਚਲੇ ਗਏ ਪਤਾ ਨਹੀਂ ਹੁੰਦਾ ਉਦੋਂ ਉਹਦਾ ਟੈਲੀਫੋਨ ਹੁੰਦੇ ਸੀ ਉਦੋਂ ਹੀ ਪਤਾ ਲੱਗਦਾ ਸੀ ਫੜ ਲਏ ਹੁਣ ਜੇਲ੍ਹ 'ਚ ਨਹੀਂ ਤੇ ਇਸ ਲਈ ਮੈਂ 16 ਸਾਲ ਤੋਂ ਹੀ ਜਿਹੜਾ ਪਰਿਵਾਰ ਦਾ ਕੰਮ ਸੰਭਿਆ ਖੇਤੀਬਾੜੀ ਦਾ ਕੰਮ ਸੰਭਿਆ ਤੇ ਉਸ ਤੋਂ ਬਾਅਦ ਵੀ ਮੈਂ ਜਿਹੜੇ ਕੰਮ ਕਰ ਨਹੀਂ ਕਰਦਾ ਰਿਹਾ ਮੈਂ ਕਿ ਚਲੋ ਠੀਕ ਆ ਮੈਂ ਸਪੋਰਟ ਇਹਨਾਂ ਦੀ ਕਰਦਾ ਸੀ ਕੋਈ ਧਰਨਾ ਮਜਹਰਾ ਹੁੰਦਾ ਸੀ ਕੋਈ ਚੰਡੀਗੜ੍ਹ ਵੀ ਗਵਰਨਰ ਦਾ ਘਰਾਓ ਸੀ ਮੈਂ ਬਹੁਤ ਛੋਟਾ ਜਿਹਾ ਸੀ ਉਦੋਂ ਉਦੋਂ ਵੀ ਮੈਂ ਘਰਾਓ ਚ ਆਉਂਦਾ ਰਿਹਾ ਕੈਂਪਰ ਪਰਸਨ ਗਰਜਨ ਸਿੰਘ ਦੇ ਨਾਲ ਕਮਲਦੀਪ ਜੀ ਮੀਡੀਆ ਮੋਹਾਲੀ